ASP.NET जो कि MCA दिस सेमेस्टर फोर्थ BSCIT दिस सेमेस्टर थर्ड का पार्ट है असी उदी ये ट्यूटोरियल का थर्ड पार्ट है जो आज असी शुरू करन लगे हैं। इहदे च मैं तुहानू अज स्टार्ट करवा रहा हां पहले लैसन दे विच जो टॉपिक तुहाडे सामने वाला है वह एक हैगा HTML दे पेज दो किस्म दे ने स्टैटिक पेज ते डायनामिक पेज। स्टैटिक पेज की हुंदा जिवें कोई वैबसाइट है उहदे विच जिहड़ा पेज खुल्लिया आ उस पेज दे विच जो लिखिया होया उह सेम जिवें लिख दित्ता है उवें ही सानूं दिख पैंदा आ। उहदे विच इह नहीं है कि इनफॉर्मेशन प्रोसैस हो के कोई रिजल्ट मिलना है। इस तरह के पेज जिहदे विच इनफॉर्मेशन जो उहदे ऑथर ने लिख दित्ती है स्टैटिक अंदर ਕੰਸਟੈਂਟਸ ਨੇ ਅੰਦਰ ਟੈਕਸਟ ਹੈ ਉਹ ਐਜ਼ ਇਟ ਇਜ਼ ਹੀ ਪ੍ਰਿੰਟ ਸਾਨੂੰ ਸਕਰੀਨ ਤੇ ਮਿਲ ਰਿਹਾ ਉਹਨੂੰ ਆਪਾਂ ਕਹਿੰਦੇ ਹਾਂ ਸਟੈਟਿਕ ਪੇਜ। ਔਨ ਦੀ ਅਦਰ ਹੈਂਡ ਡਾਇਨਾਮਿਕ ਪੇਜਸ ਦੀ ਐਗਜ਼ਾਮਪਲ ਤੁਸੀਂ ਸੋਚੋ ਜਿਵੇਂ ਨਿਊਜ਼ ਹੈ ਵੈਬਸਾਈਟ ਹੈ ਜਿਹੜੀ ਸਾਨੂੰ ਕਰੰਟ ਜਾਂ ਲੇਟੈਸਟ ਨਿਊਜ਼ ਦਿਖਾਉਂਦੀ ਹੈ ਉਸ ਵੈਬਸਾਈਟ ਨੂੰ ਤੁਸੀਂ ਓਪਨ ਕਰ ਲਿਆ। ਓਪਨ ਕਰਨ 'ਤੇ ਉਹ ਇਹ ਨਹੀਂ ਕਿ ਹਮੇਸ਼ਾ ਸੇਮ ਹੀ ਇਨਫੋਰਮੇਸ਼ਨ ਦਿਖਾ ਰਹੀ ਹੈ ਉਹ ਸਾਨੂੰ ਕਰੰਟ ਜਾਂ ਲੇਟੈਸਟ ਇਨਫੋਰਮੇਸ਼ਨ ਕਿਸੇ ਨਾ ਕਿਸੇ ਸੋਰਸ ਜਨਰਲੀ ਡਾਟਾ ਟੇਬਲ ਦੇ ਨਾਲ ਕਨੈਕਟਡ ਹੁੰਦੀ ਹੈ ਅਤੇ ਡਾਟਾ ਟੇਬਲ 'ਚ ਜਿਹੜੀਆਂ ਨਿਊਜ਼ ਲੇਟੈਸਟ 'ਚ ਐਡ ਹੋਈਆਂ ਹੋਈਆਂ ਨੇ ਉਹਨਾਂ ਨੂੰ ਉਹ ਇਨਫੋਰਮੇਸ਼ਨ ਉੱਥੋਂ ਇਨਫੋਰਮੇਸ਼ਨ ਜਾਂ ਉੱਥੋਂ ਡਾਟਾ ਚੱਕ ਕੇ ਸਾਨੂੰ ਵੈਬਸਾਈਟ ਮਿਲਦੀ ਹੈ। ਤੋ ਵੈਬਸਾਈਟ ਦੇ ਵਿੱਚ ਕੰਟੈਂਟਸ ਡਾਇਨਮਿਕਲੀ ਸਮੇਂ ਸਮੇਂ 'ਤੇ ਚੇਂਜ ਹੋ ਜਾਂਦੇ ਨੇ। ਈਵਨ ਇੱਦਾਂ ਦੀਆਂ ਵੈਬਸਾਈਟਸ ਵੀ ਨੇ ਜਿਹੜੀਆਂ ਨਾਲ ਦੀ ਨਾਲ ਵੈਬਸਾਈਟਸ ਨੂੰ ਅਪਡੇਟ ਕਰ ਰਹੀਆਂ ਨੇ। ਆਪਾਂ ਓਪਨ ਕੀਤਾ ਹੈ ਪੇਜ ਉਹਦੇ ਵਿੱਚ ਜੋ ਹੁਣ ਦੇਖ ਰਿਹਾ ਉਹੀ ਏਜੈਕਸ ਇੱਕ ਟੈਕਨੀਕ ਹੈ ਜਾਂ ਹੋਰ ਕੁਝ ਟੈਕਨੀਕਸ ਨੇ ਜਿਨ੍ਹਾਂ ਦੇ ਥਰੂ ਡੇਟਾਬੇਸ ਤੋਂ ਡੇਟਾ ਚੇਂਜ ਹੋਈ ਜਾ ਰਿਹਾ ਨਾਲ ਦੀ ਨਾਲ ਆਪਾਂ ਨੂੰ ਓਪਨ ਕੀਤੀ ਹੋਈ ਵੈਬਸਾਈਟ ਦੇ ਵਿੱਚ ਵੈਬ ਪੇਜ ਦਾ ਵੀ ਡਾਟਾ ਜਿਹੜਾ ਉਹ ਚੇਂਜ ਹੋਈ ਜਾਂਦਾ ਆ। ਇਸ ਤਰ੍ਹਾਂ ਦੇ ਵੈਬ ਪੇਜਸ ਨੂੰ ਕਹਿੰਦੇ ਹਾਂ ਡਾਟਾਬੇਸ ਡਾਇਨਾਮਿਕ ਪੇਜਸ। ਡਾਇਨਾਮਿਕ ਪੇਜ ਜਿਹੜਾ ਉਹ ਬਣਾਉਣ ਵਾਸਤੇ ਸਿੰਪਲੀ HTML ਕਾਫੀ ਨਹੀਂ ਹੈ ਸਿੰਪਲੀ ਜਾਵਾਸਕ੍ਰਿਪਟ ਕਾਫੀ ਨਹੀਂ ਹੈ ਉਹਦੇ ਵਾਸਤੇ ਆਪਾਂ ਨੂੰ ਸਰਵਰ ਸਾਈਡ ਦੀ ਸਕ੍ਰਿਪਟਿੰਗ ਲੈਂਗੁਏਜ ਦੀ ਵਰਤੋਂ ਕਰਨੀ ਪਊਗੀ। ਤੋ ਜਿਹੜਾ ਅਸੀਂ ਇਹ ਕੋਰਸ ਸਟਾਰਟ ਕਰਨ ਲੱਗੇ ਹਾਂ ASP.NET ਇਹ ਡਾਇਨਾਮਿਕ ਵੈਬ ਪੇਜਸ ਬਣਾਉਣ ਵਾਸਤੇ ਕਾਫੀ ਹੈਲਪਫੁੱਲ ਹੈ ਇੰਪੋਰਟੈਂਟ ਹੈ। ਜਿਹੜੀ ਐਗਜ਼ਾਮਪਲ ਇਹਦੇ ਵਿੱਚ ਇਹਨੇ ਥੱਲੇ ਲਿਖੀ ਹੋਈ ਹੈ ਇਹ ਕੁਝ ਨਹੀਂ ਹੈ ਇਹ HTML ਦਾ ਸਿੰਪਲ ਸਟੈਟਿਕ ਪੇਜ ਬਣਾਇਆ ਹੋਇਆ ਜੋ HTML ਦੇ ਵਿੱਚ ਜਿਵੇਂ ਹੁਣ P ਵਿੱਚ ਲਿਖਤਾ ਦਿਸ ਇਜ਼ ਅ ਸੈਂਪਲ ਵੈਬ ਪੇਜ ਤੋ ਸਾਨੂੰ ਪੇਜ ਦੇ ਵਿੱਚ ਇਹੀ ਸੇਮ ਐਜ਼ ਇਟ ਇਜ਼ ਹੀ ਦੇਖ ਜਾਣਾ ਆ। ਇਹ ਨਹੀਂ ਕਿ ਕੋਈ ਆਪਣੇ ਵੀ ਕੋਈ ਵੇ ਹੈ ਕਿ ਚੇਂਜ ਹੋਊਗਾ ਜੇ ਚੇਂਜ ਕਰਨਾ ਤਾਂ ਸਾਨੂੰ ਇਹਦੇ ਕੰਟੈਂਟਸ HTML ਦੇ ਕੋਡ ਚੇਂਜ ਕਰਨੇ ਪੈਂਦੇ ਨੇ। ਸਟੈਟਿਕ ਪੇਜ ਦੀ ਐਗਜ਼ਾਮਪਲ ਹੈ ਇਹਦੇ ਵਿੱਚ ਸਿੱਖਣ ਵਾਲਾ ਇਸ ਤਰ੍ਹਾਂ ਦਾ ਕੁਛ ਨਹੀਂ ਹੈ ਕਿ ਜੋ ਨਵਾਂ ਹੋਵੇ ਆਪਾਂ ਆਲਰੇਡੀ ਅਵੇਅਰ ਹਾਂ ਇਹਨੂੰ ਮੈਂ ਅੱਗੇ ਲਗਾਉਣ ਲੱਗਿਆ ਇਸ ਤੋਂ ਅਗਲੇ ਟੋਪਿਕ 'ਤੇ ਜਾ ਰਹੇ ਹਾਂ। ਇਹ ਠੀਕ ਹੈ ਇਸ ਤੋਂ ਅੱਗੇ ਕੁਛ ਨਹੀਂ ਹੈ ਖਾਸ ਇਹ ਹੋ ਚੁੱਕਿਆ ਆਪਣਾ ਪਹਿਲਾਂ ਹੀ ਇਹਨੂੰ ਸਿੱਖਣ ਵਾਸਤੇ ਕੋਈ ਸਪੈਸ਼ਲ ਜਾਂ ਕੋਈ ਹੋਰ ਨਵਾਂ ਕੁਝ ਨਹੀਂ ਹੈ। ਇਹ HTML ਦੀਆਂ ਹੀ ਕੁਛ ਖਾਸ ਕੁਝ ਇੰਪੋਰਟੈਂਟ ਜਾਂ ਕੁਝ ਜਨਰਲ ਕੁਝ ਕਾਮਨ ਟੈਗਸ ਨੇ ਜਿਨ੍ਹਾਂ ਦੀ ਨੌਲੇਜ ਸਾਨੂੰ ਹਰ ਇੱਕ ਵੈਬ ਪ੍ਰੋਗਰਾਮਿੰਗ ਦੇ ਟੋਪਿਕ 'ਚ ਪੈਂਦੀ ਹੈ। ਯੈਸ ਮੇਰਾ ਅਗਲਾ ਟੋਪਿਕ ਹੈਗਾ ਸਰਵਰ ਸਾਈਡ ਪ੍ਰੋਗਰਾਮਿੰਗ। ਸਰਵਰ ਸਾਈਡ ਪ੍ਰੋਗਰਾਮਿੰਗ ਜਿਵੇਂ ਮੈਂ ਹੁਣ ਦੱਸ ਚੁੱਕਿਆ ਡਾਇਨਾਮਿਕ ਵੈਬ ਪੇਜਸ ਬਣਾਉਣ ਵਾਸਤੇ ਸਰਵਰ ਸਾਈਡ ਪ੍ਰੋਗਰਾਮਿੰਗ ਦੀ ਲੋੜ ਪੈਣੀ ਹੈ। ਅਤੇ ਸਰਵਰ ਸਾਈਡ ਪ੍ਰੋਗਰਾਮਿੰਗ ਨੂੰ ਸਮਝਣ ਵਾਸਤੇ ਨੀਚੇ ਇੱਕ ਡਾਇਗ੍ਰਾਮ ਹੈ ਮੈਂ ਉਸ ਡਾਇਗ੍ਰਾਮ ਦੇ ਥਰੂ ਤੁਹਾਨੂੰ ਸਰਵਰ ਸਾਈਡ ਪ੍ਰੋਗਰਾਮਿੰਗ ਸਮਝਾਉਂਦਾ ਹਾਂ। ਇਹ ਨਹੀਂ ਇਸ ਤੋਂ ਅੱਗੇ ਚੱਲਿਓ ਆਹ ਹੈ ਇਸ ਡਾਇਗ੍ਰਾਮ ਦੇ ਵਿੱਚ ਆਪਾਂ ਦੇਖਿਓ ਜਦੋਂ ਅਸੀਂ ਐਜ਼ ਏ ਕਲਾਇੰਟ ਜਿਵੇਂ ਮੈਂ ਬਰਾਊਜ਼ਰ ਨੂੰ ਯੂਜ਼ ਕਰਕੇ ਕੋਈ ਵੈਬਸਾਈਟ ਖੋਲ੍ਹਣੀ ਹੈ ਤਾਂ ਬਰਾਊਜ਼ਰ ਦੇ ਐਡਰੈਸ ਬਾਰ ਦੇ ਵਿੱਚ ਮੈਂ ਇੱਕ ਕਿਸੇ ਵੀ ਵੈਬਸਾਈਟ ਦਾ ਐਡਰੈਸ ਲਿਖੂੰਗਾ ਫਾਰ ਐਗਜ਼ਾਮਪਲ lpud.in ਜਾਂ google.com ਜਾਂ yahoo.com ਜਾਂ nlci.snowball.com ਜਿਹੜੀ ਵੈਬਸਾਈਟ ਓਪਨ ਕਰੂੰਗਾ ਉਹਦਾ ਮੈਂ ਐਡਰੈਸ ਲਿਖ ਕੇ ਇੰਟਰ ਦੱਬੂੰਗਾ। ਤਾਂ ਜਦੋਂ ਮੈਂ ਐਡਰੈਸ ਲਿਖ ਕੇ ਐਂਟਰ ਦੱਬਦਾ ਹਾਂ ਤਾਂ ਕਲਾਇੰਟ ਨੇ ਸਰਵਰ ਦੇ ਨਾਲ ਕਨੈਕਟ ਕਰਕੇ ਸਰਵਰ ਨੂੰ ਰਿਕੁਐਸਟ ਭੇਜਣੀ ਹੈ। ਸਰਵਰ ਉਹ ਰਿਕੁਐਸਟ ਰਿਸੀਵ ਕਰਦਾ ਹੈ। ਜਦੋਂ ਸਰਵਰ ਕੋਲ ਰਿਕੁਐਸਟ ਆਈ ਤਾਂ ਜੇ ਤਾਂ ਉਹ ਜਿਹੜੀ ਪ੍ਰੋਗਰਾਮਿੰਗ ਆ ਉਹ ਜਿਹੜੀ ਸਕ੍ਰਿਪਟ ਸਰਵਰ ਨੇ ਸਟੋਰ ਕੀਤੀ ਹੋਈ ਹੈ ਉਹ ਕਲਾਇੰਟ ਸਾਈਡ ਸਕ੍ਰਿਪਟਿੰਗ ਹੈ ਫਿਰ ਕੀ ਹੁੰਦਾ ਸਰਵਰ ਨੇ ਉਹਨੂੰ ਕੁਛ ਨਹੀਂ ਪ੍ਰੋਸੈਸ ਕਰਨਾ ਐਜ਼ ਇਟ ਇਜ਼ ਉਹ ਜਿਹੜੀ ਕੋਡਿੰਗ ਜਾਂ ਜੋ ਵੀ ਉਹਨੇ ਫਾਈਲ ਰੱਖੀ ਹੋਈ ਹੈ ਉਸ URL ਦੇ ਅੰਡਰ ਉਸ ਫਾਈਲ ਨੂੰ ਐਜ਼ ਸੱਚ ਐਜ਼ ਇਟ ਇਜ਼ ਹੀ
ਰਿਟਰਨ ਕਰ ਦੇਣਾ ਹੈ HTML ਦੇ ਡਾਕੂਮੈਂਟ ਦੇ ਰੂਪ ਦੇ ਵਿੱਚ ਕਲਾਇੰਟ ਨੂੰ। ਕਲਾਇੰਟ ਨੇ ਉਹਨੂੰ ਪ੍ਰੋਸੈਸ ਕਰਨਾ ਹੈ HTML ਦੇ ਕੋਡ ਨੂੰ, ਉਹਨੇ ਰੀਡ ਕਰਕੇ HTML ਦਾ ਡਾਕੂਮੈਂਟ ਉਹਨੇ ਕਨਵਰਟ ਕਰਕੇ ਡਾਕੂਮੈਂਟ ਨੂੰ ਸਕਰੀਨ 'ਤੇ ਸ਼ੋਅ ਕਰ ਦੇਣਾ ਹੈ। ਤੋ ਜੇ ਤਾਂ ਇਸ ਤਰ੍ਹਾਂ ਹੈ ਕਿ HTML JavaScript ਯੂਜ਼ ਹੋਈ ਹੈ ਸਰਵਰ ਸਾਈਡ 'ਤੇ, ਕੋਈ ਸਕ੍ਰਿਪਟਿੰਗ ਸਰਵਰ ਦੇ ਪ੍ਰੋਸੈਸਿੰਗ ਵਾਸਤੇ ਨਹੀਂ ਯੂਜ਼ ਹੋਈ ਹੋਈ, ਤਾਂ ਉਹ ਹੋ ਗਈ ਕਲਾਇੰਟ ਸਾਈਡ ਪ੍ਰੋਸੈਸਿੰਗ। ਬਟ ਜਿਹੜੀ ASP.NET ਆ ਉਹਦੇ 'ਚ ਕੀ ਹੁੰਦਾ, ਜਿਹੜਾ ASP.NET 'ਚ ਆਪਾਂ ਵੈਬ ਪੇਜ ਬਣਾਉਣਾ ਆ, ਉਹ ਵੈਬ ਪੇਜ ਰਨ ਐਟ ਸਰਵਰ ਹੁੰਦਾ ਹੈ, ਉਹ ਸਰਵਰ 'ਤੇ ਰਨ ਹੁੰਦਾ ਹੈ। ਜਾਣੀ ਜਦੋਂ ਅਸੀਂ ਕਿਸੇ ASP.NET ਵਾਲੇ ਵੈਬ ਪੇਜ ਨੂੰ ਓਪਨ ਕਰਨਾ ਆ, ਤਾਂ ਕਲਾਇੰਟ ਨੇ ਜਦੋਂ ਰਿਕੁਐਸਟ ਭੇਜੀ, ਸਰਵਰ ਕੋਲ ਰਿਕੁਐਸਟ ਭੇਜੀ, ਮੈਂ ਰਿਕੁਐਸਟ ਪਹੁੰਚੀ, ਸਰਵਰ ਨੇ ਉਸ ਵੈਬ ਪੇਜ ਨੂੰ ਐਗਜੀਕਿਊਟ ਕਰਨਾ ਆ। ਉਸ ਵੈਬ ਪੇਜ ਵਿੱਚ ਲੈਂਗੁਏਜ ਯੂਜ ਕੀਤੀ ਹੋਊਗੀ, C# ਜਾਂ VB ਜਾਂ ਕੁਛ ਹੋਰ, ਉਸਨੇ ਉਸ ਲੈਂਗੁਏਜ ਨੂੰ ਪ੍ਰੋਸੈਸ ਕਰਕੇ ਐਗਜੀਕਿਊਟ ਕਰਕੇ ਉਹਦਾ ਰਿਜ਼ਲਟ HTML ਫਾਰਮੈਟ ਦੇ ਵਿੱਚ ਰੈਡੀ ਕਰ ਦਿੰਦੇ ਹਨ। ਉਹ ਜਿਹੜਾ ਰਿਜ਼ਲਟ HTML ਫਾਰਮੈਟ 'ਚ ਰੈਡੀ ਹੋਊਗਾ, ਉਹ ਰਿਜ਼ਲਟ ਉਹਨੇ ਐਜ਼ ਏ ਰਿਸਪੋਂਸ ਕਲਾਇੰਟ ਨੂੰ ਵਾਪਸ ਭੇਜ ਦੇਣਾ ਹੈ। ਜਿਵੇਂ ਆ ਲਾਈਨ ਬਣਾਈ ਹੈ, HTML ਡਾਕੂਮੈਂਟ ਉਹਨੇ ਬਣਾ ਕੇ ਭੇਜਿਆ, HTML ਡਾਕੂਮੈਂਟ ਕਲਾਇੰਟ ਕੋਲ ਪਹੁੰਚੂਗਾ, ਕਲਾਇੰਟ ਉਹਨੂੰ ਪ੍ਰੋਸੈਸ ਕਰਕੇ ਸਾਨੂੰ ਪੇਜ ਦਿਖਾਊਗਾ। ਤੋ ਇੱਥੇ ਕੀ ਹੋਇਆ, ਸਰਵਰ ਨੇ ਪ੍ਰੋਸੈਸ ਕਰਕੇ ਐਗਜੀਕਿਊਟ ਕਰਕੇ ਕੋਡ ਨੂੰ HTML 'ਚ ਕਨਵਰਟ ਕੀਤਾ, ਟ੍ਰਾਂਸਲੇਟ ਕੀਤਾ, ਤਾਂ ਇਸ ਤਰ੍ਹਾਂ ਦੀ ਜਿਹੜੀ ਸਕ੍ਰਿਪਟਿੰਗ ਹੈ ਨਾ, ਆਪਾਂ ਸਰਵਰ ਸਾਈਡ ਐਪਲੀਕੇਸ਼ਨ ਜਾਂ ਸਰਵਰ ਸਾਈਡ ਸਕ੍ਰਿਪਟਿੰਗ ਕਹਿ ਦਿੰਦੇ ਹਾਂ। ASP.NET ਸਰਵਰ ਸਾਈਡ ਪ੍ਰੋਗਰਾਮਿੰਗ ਦੀ ਇੱਕ ਐਗਜ਼ਾਮਪਲ ਹੈ। ਹੁਣ ਇਸ ਤੋਂ ਥੱਲੇ ਚੱਲੀਏ, ਇਹਦੇ ਵਿੱਚ ਇੱਕ ਹੀ ਦੱਸ ਰਿਹਾ, ਸਰਵਰ ਸਾਈਡ ਪ੍ਰੋਗਰਾਮਸ ਦੀਆਂ ਐਗਜ਼ਾਮਪਲ ਦੀਆਂ ਐਡਵਾਂਟੇਜਸ, ਉਹੀ ਜੋ ਪਹਿਲਾਂ ਗੱਲ ਕਰ ਚੁੱਕਿਆ ਮੈਂ ਵੀ, ਡਾਇਨਾਮਿਕ ਪੇਜਸ ਤਾਂ ਬਣ ਨਹੀਂ ਸਕਦੇ ਹੈਗੇ ਸਰਵਰ ਸਾਈਡ ਪ੍ਰੋਗਰਾਮਿੰਗ ਤੋਂ ਬਗੈਰ, ਡੇਟਾਬੇਸ ਕਨੈਕਟੀਵਿਟੀ ਹੋ ਹੀ ਨਹੀਂ ਸਕਦੀ ਹੈਗੀ ਸਰਵਰ ਸਾਈਡ ਪ੍ਰੋਗਰਾਮਿੰਗ ਤੋਂ ਬਗੈਰ। ਮੋਰਓਵਰ, ਅਗਰ ਮੰਨ ਲਓ ਅੱਜ ਅਸੀਂ ਵਿਜ਼ੂ ਸਟੂਡੀਓ 2010 ਜਾਂ .NET ਦਾ ਕੋਈ ਵਰਜ਼ਨ 4 ਯੂਜ਼ ਕਰ ਰਹੇ ਹਾਂ, ਵਰਜ਼ਨ 4.5 ਆ ਗਿਆ, 5 ਆ ਗਿਆ, ਕੋਈ ਲੇਟੈਸਟ ਵਰਜ਼ਨ ਆ ਗਿਆ, ਤਾਂ ਆਪਾਂ ਸਿਰਫ ਸਰਵਰ ਦੇ ਵਿੱਚ ਉਸ ਨਵੇਂ ਵਰਜ਼ਨ ਨੂੰ ਇੰਸਟਾਲ ਕਰਾਂਗੇ, ਸਰਵਰ ਦੇ ਵਿੱਚ ਆਪਾਂ ਆਪਣੀ ਐਪਲੀਕੇਸ਼ਨ 'ਚ ਕੋਈ ਮੋਡੀਫਿਕੇਸ਼ਨ ਕਰਾਂਗੇ, ਕਲਾਇੰਟ ਨੂੰ ਐਸ ਸੱਚ ਕੋਈ ਚੇਂਜਸ ਕਰਨ ਦੀ ਲੋੜ ਨਹੀਂ ਪੈਣੀ। ਕਲਾਇੰਟ ਦੇ PC ਜਿਵੇਂ ਹਨ, ਉਸੇ PC ਦੇ ਵਿੱਚ ਉਵੇਂ ਹੀ ਉਹਨੂੰ ਪੇਜਸ ਮਿਲਦੀਆਂ ਨੇ, ਉਹਨੂੰ ਉੱਦਾਂ ਹੀ ਉਹ ਪੇਜਸ ਦਿੱਤੇ ਜਾਣਾ ਹੈ। ਡੇਟਾਬੇਸ ਸੈਸ਼ਨ ਸਾਰਾ ਕੁਛ ਸਰਵਰ ਦੇਖੂਗਾ, ਜਿਵੇਂ ਇਹਨਾਂ ਨੇ ਲਾਸਟ ਮਿੰਟ 'ਤੇ ਲਿਖਿਆ ਨਾ, ਇਸ਼ੂਜ਼ ਰਿਲੇਟਡ ਟੂ ਐਂਟਰਪ੍ਰਾਈਜ਼ ਐਪਲੀਕੇਸ਼ਨਸ ਲਾਈਕ ਰਿਸੋਰਸ ਮੈਨੇਜਮੈਂਟ, ਕਨਕਰੈਂਸੀ, ਸੈਸ਼ਨ ਮੈਨੇਜਮੈਂਟ, ਸਿਕਿਉਰਿਟੀ, ਪਰਫਾਰਮੈਂਸ, ਇਹ ਸਾਰੀ ਸਰਵਿਸਿਸ ਜਿਹੜੀਆਂ ਨੇ ਇਹ ਸਰਵਰ ਸਾਈਡ 'ਤੇ ਐਪਲੀਕੇਸ਼ਨ ਦੇ ਦੁਆਰਾ ਹੀ ਮੈਨੇਜ ਕੀਤੀਆਂ ਜਾਂਦੀਆਂ ਨੇ, ਅਤੇ ਕਲਾਇੰਟ ਸਾਈਡ ਦੇ ਵਿੱਚ ਇਹ ਨਹੀਂ ਹੈ। ਕਲਾਇੰਟ ਸਾਈਡ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਇਨਸਿਕਿਉਰ ਹੈ, ਜਦਕਿ ਸਰਵਰ ਸਾਈਡ ਕੰਪਲੀਟਲੀ ਸਿਕਿਉਰ ਹੈ। ਅੱਗੇ ਟੌਪਿਕ ਕੀ ਹੈ, ਸਰਵਰ ਸਾਈਡ ਦੀਆਂ ਜਿਹੜੀਆਂ ਲੈਂਗੁਏਜਸ ਨੇ ਉਹ ਕਿਹੜੀ ਕਿਹੜੀਆਂ ਨੇ, ਹੋਰ ਵੀ ਨੇ, ਇਕੱਲੀ ਇਹ ਨਹੀਂ ਕਿ ASP.NET 'ਚ ਸਰਵਰ ਸਾਈਡ ਸਕ੍ਰਿਪਟਿੰਗ ਹੁੰਦੀ ਹੈ, ASP ਇਕੱਲੀ ਸੀ, ਟ੍ਰੈਡੀਸ਼ਨਲ ASP ਵੀ ਕਹਿ ਦਿੰਦੇ ਹਾਂ, ਉਸ ASP.NET ਤੋਂ ਪਹਿਲਾਂ ਦੀ ਹੈ, ਉਹ ਵੀ ਸਰਵਰ ਸਾਈਡ ਸਕ੍ਰਿਪਟਿੰਗ ਵਾਸਤੇ ਹੀ ਯੂਜ਼ ਹੁੰਦੇ ਸੀ। ਜਾਵਾ ਦੇ ਨੇ ਦੋਨੇ, ਜਾਵਾ ਸਰਵਲੈਟਸ, ਜਾਵਾ ਸਰਵਰ ਪੇਜਸ, ਇਹਨਾਂ ਦੁਆਰਾ ਵੀ ਆਪਾਂ ਸਰਵਰ ਸਾਈਡ ਸਕ੍ਰਿਪਟਿੰਗ ਪ੍ਰੋਗਰਾਮਿੰਗ ਕਰਦੇ ਹਾਂ। ਐਂਟਰਪ੍ਰਾਈਜ਼ ਜਾਵਾ ਬੀਨਸ ਵੀ ਹੈ, ਔਰ ਇੱਕ ਓਪਨ ਸੋਰਸ ਟੈਕਨੋਲੋਜੀਸ PHP ਬਹੁਤ ਪਾਵਰਫੁੱਲ ਹੈ, ਜਿਹੜੀ ਸਰਵਰ ਸਾਈਡ ਪ੍ਰੋਗਰਾਮਸ ਲਿਖਣ ਵਾਸਤੇ ਸਾਡੇ ਕੰਮ ਆਉਂਦੀ ਹੈ। ਕਲਾਇੰਟ ਸਾਈਡ ਪ੍ਰੋਗਰਾਮਿੰਗ ਤਾਂ ਮੇਰੇ ਖਿਆਲ 'ਚ ਕੁਝ ਵੀ ਨਹੀਂ ਹੈ ਜੋ ਸਮਝਾਇਆ ਜਾਵੇ। ਹਾਂ, ਇੰਨਾ ਹੈ ਕਿ ਇਹ ਦੇਖ ਲੈਂਦੇ ਇੱਕ ਵਾਰੀ, ਐਟ ਦਾ ਸੇਮ ਟਾਈਮ ਸਰਵਰ ਸਾਈਡ ਵੈਬ ਡਿਵੈਲਪਮੈਂਟ ਵਾਜ ਮੂਵਿੰਗ ਥਰੂ ਐਨ ਅਲਫਾਬੈਟ ਸੂਪ ਆਫ ਟੈਕਨੋਲੋਜੀਸ, ਏ ਨਿਊ ਟਾਈਪ ਆਫ ਪ੍ਰੋਗਰਾਮਿੰਗ ਵਾਜ ਗੇਨਿੰਗ ਪਾਪੂਲੈਰਿਟੀ, ਡਿਵੈਲਪਰਸ ਬਿਗੇਨ ਟੂ ਐਕਸਪੈਰੀਮੈਂਟ ਵਿਦ ਡਿਫਰੈਂਟ ਵੇਜ ਦੇ ਕੁਡ ਐਨਹਾਂਸ ਵੈਬ ਪੇਜਿਸ ਬਾਈ ਐਮਬੈਡਿੰਗ ਮਿਨੀਏਚਰ ਐਪਲੈਟਸ ਬਿਲਟ with JavaScript, ActiveX, Java Flash into web pages. These client-side technologies don't involve any server processing. Instead, the complete application is downloaded to the client browser which executes it locally. Yes, ਬਹੁਤ ਕੁਝ ਇੱਦਾਂ ਦਾ ਵੀ ਹੈ ਜਿਹੜਾ CSS ਹੈ, JavaScript ਦੇ ਵੀ ਬਹੁਤ ਸਾਰੇ frameworks ਨੇ, ਜਾਂ CSS ਦੇ ਬਹੁਤ ਸਾਰੇ ਫਰੇਮਵਰਕਸ ਨੇ, ਉਹ ਸਾਰੀ ਜਿੰਨੀ ਵੀ ਪ੍ਰੋਸੈਸਿੰਗ ਹੈ ਉਹ ਕਲਾਇੰਟ ਸਾਈਡ ਦੇ ਬਰਾਊਜ਼ਰ ਨੇ ਕਰਨੀ ਹੁੰਦੀ ਹੈ। ਸਾਨੂੰ ਬਰਾਊਜ਼ਰ ਅਪਡੇਟ ਕਰਨਾ ਪਊਗਾ, ਨਵਾਂ ਬਰਾਊਜ਼ਰ ਨਵੀਆਂ ਕੈਪੇਬਿਲਟੀਜ਼ ਨੂੰ ਸਪੋਰਟ ਕਰਦਾ ਹੋਊਗਾ। ਤੋ ਬਰਾਊਜ਼ਰ ਦੀ ਲੇਟੈਸਟ ਵਰਜ਼ਨ ਡਾਊਨਲੋਡ ਕਰਕੇ ਆਪਾਂ ਕਲਾਇੰਟ ਸਾਈਡ ਪ੍ਰੋਗਰਾਮਿੰਗ ਦੇ ਵਿੱਚ ਵੀ ਨਵੀਂ ਟੈਕਨੋਲੋਜੀ ਦੇ ਵਿੱਚ ਲਿਆ ਸਕਦੇ ਹਾਂ। ਅੱਜ ਮੈਂ ਇੰਨਾ ਹੀ ਕਰਵਾਉਂਦਾ ਹੋਇਆ, ਬਾਕੀ ਆਪਾਂ ਕਿਸੇ ਹੋਰ ਦਿਨ ਅਗਲੇ ਟਿਊਟੋਰੀਅਲ ਸਿੱਖਾਂਗੇ। ਥੈਂਕ ਯੂ।
हेलो हामिद ओके 1 मिनट।